ਵਿਦਿਆਪਰਤੀ ਵੱਲੋਂ ਅੱਜ ਜਿਲੰਦਰ ਦੇ ਵਿਦਿਆਥਾਮ ਵਿੱਚ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪੁਸਤਕ ਮੇਲਾ 25 ਅਗਸਤ ਤੱਕ ਚੱਲੇਗਾ। ਲੱਭੂ ਰਾਮ ਦੁਆਬਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਐਸ ਕੇ ਭਾਰਦਵਾਜ ਨੇ ਉਦਘਾਟਨੀ ਸਮਾਗਮ ਵਿੱਚ ਦੱਸਿਆ ਕਿ ਕਿਤਾਬਾਂ ਬਿਨਾਂ ਕਿਸੇ ਪੱਖਪਾਤ ਦੇ ਸਾਰਿਆਂ ਨੂੰ ਇੱਕੋ ਜਿਹਾ ਗਿਆਨ ਦਿੰਦੀਆਂ ਨੇ। ਪੁਸਤਕ ਮੇਲੇ ਦੇ ਪ੍ਰਬੰਧਕ ਨਰੇਂਦਰ ਸ਼ਰਮਾ ਨੇ ਦੱਸਿਆ ਕਿ ਇਹ 14ਵਾਂ ਪੁਸਤਕ ਮੇਲਾ ਹੈ ਤੇ ਇਸ ਦਾ ਮੰਤਵ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਤੇ ਦੇਸ਼ ਦੇ ਗਿਆਨ ਪੰਡਾਨ ਨਾਲ ਜੋੜਨਾ ਹੈ।